हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਵੀ ਗਰਮੀਆਂ ਦੇ ਵਿੱਚ ਖੀਰਾ ਵਗੈਰਾ ਖਾਂਦੇ ਹੋ ਤਾਂ ਵੀਡੀਓ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸਮਝ ਲਈਓ ਤੇ ਪੂਰੀ ਵੀਡੀਓ ਦੇਖ ਲਈਓ ਕਿਉਂਕਿ ਇਸ ਦੇ ਵਿੱਚ ਇਹੋ ਜਿਹੀ ਜਾਣਕਾਰੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਸ਼ਾਇਦ ਤੁਹਾਨੂੰ ਪਹਿਲਾਂ ਨਾ ਪਤਾ ਹੋਵੇ ਤੁਸੀਂ ਬਹੁਤੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਖੀਰਾ ਖਾਣ ਦੇ ਬਹੁਤ ਫਾਇਦੇ ਨੇ ਗਰਮੀਆਂ ਦੇ ਵਿੱਚ ਖਾਣਾ ਚਾਹੀਦਾ ਹੈ ਠੰਡਾ ਹੁੰਦਾ ਹੈ ਸਿਹਤ ਦੇ ਵਾਸਤੇ ਬਹੁਤ ਜ਼ਿਆਦਾ ਫਾਇਦੇ ਹੁੰਦੀਆਂ ਨੇ ਸੀ ਇਹ ਚੀਜ਼ਾਂ ਤਾਂ ਆਪਾਂ ਕਈ ਵਾਰ ਬਹੁਤ ਲੋਕਾਂ ਤੋਂ ਸੁਣਦੇ ਆਂ ਪਰੰਤੂ ਕਈ ਵਾਰ ਕੁਝ ਚੀਜ਼ਾਂ ਹੋ ਜਿਹਾ ਵੀ ਹੁੰਦੀਆਂ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਹੁਣ ਖੀਰਾਖਾਨ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਕਿਹੜਾ ਹੈ ਜੀ ਉਹ ਨੁਕਸਾਨ ਜਿਹੜਾ ਹੈ ਜੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਇਸ ਵੀਡੀਓ ਵਿੱਚ ਤੁਹਾਨੂੰ ਐਕਸਪਲੇਨ ਕਰਾਂਗੇ ਤੇ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਉਸ ਨੂੰ ਸਮਝਿਓ ਤੇ ਵੀਡੀਓ ਨੂੰ ਪੂਰਾ ਹੀ ਦੇਖਿਓ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਖੀਰੇਖਾਨ ਦੇ ਫਾਇਦੇ ਵੀ ਬਹੁਤ ਹਨ ਜੀ ਅਸੀਂ ਤੁਹਾਨੂੰ ਫਾਇਦਿਆਂ ਦੀ ਵੀ ਗੱਲ ਕਰੀਏ ਤਾਂ ਫਾਇਦੇ ਵੀ ਕਾਫੀ ਹੁੰਦੇ ਹਨ ਫਾਇਦਿਆਂ ਵਾਸਤੇ ਜਿਹੜੀ ਵੀਡੀਓ ਹੈ ਜੀ ਆਪਾਂ ਫਿਰ ਅਲੱਗ ਬਣਾਵਾਂਗੇ ਇਸ ਵੀਡੀਓ ਵਿੱਚ ਆਪਾਂ ਸਿਰਫ ਜਿਹੜੇ ਨੁਕਸਾਨ ਹਨ ਚਾਰ ਵੱਡੇ ਨੁਕ ਉਹਨਾਂ ਦੇ ਬਾਰੇ ਹੀ ਗੱਲਬਾਤ ਕਰਾਂਗੇ ਸਭ ਤੋਂ ਜਿਹੜਾ ਵੱਡਾ ਨੁਕਸਾਨ ਇਸ ਦਾ ਕਿਹੜਾ ਹੈ ਕਿ ਖੀਰੇ ਦੇ ਵਿੱਚ ਰੱਬ ਨੇ ਇੱਕ ਇਹੋ ਜਿਹਾ ਕੈਮੀਕਲ ਇਸ ਦੇ ਵਿੱਚ ਦਿੱਤਾ ਹੈ ਕੂਕਰੀ ਬੀਟਨ ਇਹ ਨਾਮ ਹੈ ਜੀ ਇਸ ਤੱਤ ਦਾ ਇੱਕ ਵਿਸ਼ੇਸ਼ਲਾ ਤੱਤ ਹੁੰਦਾ ਹੈ ਤੁਸੀਂ ਸੁਣਿਆ ਹੋਵੇਗਾ ਜਾਂ ਦੇਖਿਆ ਵੀ ਹੋਵੇਗਾ ਕਦੀ ਤੁਸੀਂ ਕਈ ਵਾਰ ਇੰਡੀਆ ਦੇ ਵਿੱਚ ਜਦੋਂ ਕਿ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਸਨ ਖੀਰਾ ਕੱਟਦੇ ਸਨ ਤੇ ਉਹ ਖੀਰੇ ਨੂੰ ਦੋਨਾਂ ਪਾਸਿਓਂ ਕੱਟਦੇ ਸਨ ਸੱਜੇ ਪਾਸਿਓਂ ਤੇ ਖੱਬੇ ਪਾਸਿਓਂ ਠੀਕ ਹੈ ਜੀ ਉਸ ਤੋਂ ਬਾਅਦ ਉਹ ਖੀਰੇ ਦਾ ਜਿਹੜਾ ਕੱਟਿਆ ਹੋਇਆ ਹਿੱਸਾ ਹੁੰਦਾ ਸੀ ਖੀਰੇ ਉੱਤੇ ਰਗੜਿਆ ਜਾਂਦਾ ਸੀ ਕਿੰਨਾ ਟਾਈਮ ਤੇ ਫਿਰ ਉਸ ਦੇ ਵਿੱਚੋਂ ਝਗ ਨਿਕਲਦੀ ਸੀ ਤੇ ਫਿਰ ਲੋਕ ਕਹਿੰਦੇ ਸਨ ਕਿ ਇਸ ਦੇ ਵਿੱਚੋਂ ਜ਼ਹਿਰ ਕੱਢ ਰਹੇ ਹਾਂ ਸੀ। ਇੰਡੀਆ ਦੇ ਵਿੱਚ ਪਹਿਲਾਂ ਅਜ ਤੋਂ 15-20 ਸਾਲ ਪਿੱਛੇ ਤੁਸੀਂ ਝਾਤ ਮਾਰ ਕੇ ਦੇਖਿਓ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਇਸ ਤਰ੍ਹਾਂ ਚੱਲਦਾ ਸੀ। ਪਰੰਤੂ ਅੱਜ ਲੋਕ ਕੀ ਕਰਦੇ ਹਨ ਕਿ ਖੀਰਾ ਸਿੱਧਾ ਹੀ ਕੱਟ ਕੇ ਖਾਂਦੇ ਹਨ। ਇਸ ਦੇ ਵਿੱਚ ਜਿਹੜਾ ਕੁਕਰੀ ਬੀਟ ਨਾਮ ਦਾ ਇੱਕ ਵਿਸ਼ੇਸ਼ੀਲ ਤੱਤ ਹੁੰਦਾ ਹੈ। ਤੁਸੀਂ ਜਿੰਨਾ ਜ਼ਿਆਦਾ ਖੀਰਾ ਖਾਓਗੇ ਇਹ ਜਿਹੜਾ ਜ਼ਹਿਰੀਲਾ ਤੱਤ ਹੁੰਦਾ ਹੈ ਉਹਨਾਂ ਹੀ ਜ਼ਿਆਦਾ ਆਪਣੇ ਸਰੀਰ ਦੇ ਵਿੱਚ ਜਾਏਗਾ। ਜਿਸ ਦੀ ਵਜ੍ਹਾ ਨਾਲ ਕੀ ਹੁੰਦਾ ਹੈ ਕਿ ਜਿਹੜਾ ਲੀਵਰ ਹੁੰਦਾ ਹੈ ਆਪਣਾ ਲੀਵਰ ਨੂੰ ਹੀ ਜਾ ਕੇ ਇਹ ਜਿਹੜਾ ਡੈਸ ਦੂਜੀ ਸਮੱਸਿਆ ਜਿਹੜੀ ਹੈ ਜੀ ਉਹ ਵੀ ਜ਼ਿਆਦਾ ਖਤਰਨਾਕ ਨਹੀਂ ਉਹਦੇ ਵਿੱਚ ਇਦਾਂ ਹੈ ਕਿ ਖੀਰੇ ਦੀ ਜਿਹੜੀ ਤਸੀਰ ਠੰਡੀ ਹੁੰਦੀ ਹੈ ਜੇ ਕਿਸੇ ਨੂੰ ਸਰਦੀ ਕਫ ਤੇ ਕੋਈ ਸਾਦੀ ਸਮੱਸਿਆ ਹੈ ਤੋ ਉਹ ਬੰਦਾ ਜਿਹੜਾ ਹੈ ਜੀ ਰਾਤ ਨੂੰ ਖੀਰਾ ਨਾ ਖਾਵੇ ਬਾਕੀ ਦਿਨ ਨੂੰ ਵੀ ਜਿਹੜਾ ਖੀਰਾ ਹੈ ਜੀ ਦਾ ਸੇਵਨ ਜਿਹੜਾ ਹੌਸਲ ਦੇ ਨਾਲ ਹੀ ਬੰਦੇ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਰਦੀ ਸਮੱਸਿਆ ਬੰਦੇ ਨੂੰ ਹੋ ਸਕਦੀ ਹੈ ਕੋਲਡ ਵਗੈਰਾ ਬਾਕੀ ਜਿਹੜਾ ਇਫੈਕਟ ਨੰਬਰ 3 ਹੈ ਜਿਸ ਦਾ ਉਹ ਵੀ ਕੋਈ ਜ਼ਿਆਦਾ ਖਤਰਨਾਕ ਨਹੀਂ ਹੈ ਜੇ ਆਪਾਂ ਜਿਆਦਾ ਸੀਵਨ ਇਹਦਾ ਕਰਦੇ ਹਾਂ ਤੇ ਪੇਟ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੋ ਸਕਦੀ ਹੈ ਇਸ ਕਰਕੇ ਜਿੱਦਾਂ ਕਿ ਪੇਟ ਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਚੁੱਕੀ ਸਕਦੀ ਹੈ ਜਾਂ ਪੇਟ ਦੇ ਵਿੱਚ ਜਿੱਦਾਂ ਕਿ ਖਿੱਚ ਵਗੈਰਾ ਤੁਹਾਨੂੰ ਕੋਈ ਮਹਿਸੂਸ ਹੁੰਦਾ ਹੋਵੇ ਕਿ ਦਰਦ ਵਗੈਰਾ ਹੋ ਰਹੀ ਹੈ ਕਿ ਇਸ ਤੋਂ ਇਲਾਵਾ ਜਿਹੜੀ ਪ੍ਰੈਗਨੈਂਟ ਡੇਡਿਸ ਹੁੰਦੀਆਂ ਹਨ ਉਹਨਾਂ ਨੂੰ ਵੀ ਜਿਹੜਾ ਖੀਰੇ ਦਾ ਇਹ ਸੀਵਨ ਜਿਆਦਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਚਾਰ ਪੁਆਇੰਟਸ ਹਨ ਜਿਨ੍ਹਾਂ ਦੇ ਜਿਹੜੇ ਆਨਸਰ ਆਪਾਂ ਤੁਹਾਨੂੰ ਦਿੱਤੇ ਹਨ ਤੇ ਚਾਰ ਪੁਆਇੰਟਾਂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਹੈ ਸਭ ਤੋਂ ਜਿਹੜਾ ਖਤਰਨਾਕ ਪੁਆਇੰਟ ਇਹ ਹੀ ਹੈ ਕਿ ਜਿਹੜਾ ਇਸ ਵਿੱਚ ਬਸ਼ੇਲ ਜਿੰਨਾ ਤੁਸੀਂ ਜਿਆਦਾ ਖੀਰਾ ਖਾਓਗੇ ਉਨੀ ਜਿਆਦਾ ਮਾਤਰਾ ਦੇ ਵਿੱਚ ਤੁਹ ਬਿਸ਼ੇਲਤ ਤੱਤ ਸੀਰ ਦੇ ਵਿੱਚ ਜਾਏਗਾ ਇਸ ਕਰਕੇ ਜੇ ਖੀਰਾ ਖਾਣਾ ਹੈ ਤਾਂ ਥੋੜੀ ਮਾਤਰਾ ਦੇ ਵਿੱਚ ਖਾਓ ਤੇ ਇੱਕ ਖਿਆਲ ਹੋਰ ਰੱਖਣਾ ਹੈ ਕਿ ਖੀਰਾ ਜੇ ਤੁਹਾਨੂੰ ਕੋੜਾ ਲੱਗਦਾ ਹੋਵੇ ਥੋੜੇ ਇੱਕ ਸਾਈਡਾ ਹੋਵੇ ਜਾਂ ਕੋੜਾ ਹੋਵੇ ਤਾਂ ਉਸ ਨੂੰ ਬਿਲਕੁਲ ਨਾ ਖਾਓ ਕਿਉਂਕਿ ਕੋੜੇ ਖੀਰੇ ਦੇ ਵਿੱਚ ਇਹ ਜਿਹੜਾ ਬਿਸ਼ੇਲਤ ਤੱਤ ਹੋਰ ਵੀ ਜਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਵੀਡੀਓ ਦੇਖੀ ਧੰਨਵਾਦ